On March 8th, Royal Women Cultural Association celebrated Women's Day. President Gurmeet Kaur and association members shared their thoughts. ਔਰਤਾਂ ਦੀ ਸਥਿਤੀ ਅਗਰ ਗੱਲ ਕਰਦੇ ਆਪਾਂ ਤੇ ਕੈਨੇਡਾ ਜਿਹੜਾ ਇੱਕ ਡਿਵੈਲਪਡ ਕੰਟਰੀ ਹੈ ਇਹਦੇ ਵਿੱਚ ਵੀ ਔਰਤਾਂ ਦੀ ਸਥਿਤੀ ਜੇ ਦੇਖੀ ਜਾਵੇ ਤਾਂ ਮਰਦਾਂ ਦੇ ਬਰਾਬਰ ਅਜੇ ਵੀ ਨਹੀਂ ਹੈ ਬੁੱਧਵਾਰ ਦਾ ਜਿਹੜਾ ਕੈਲਗਰੀ ਹੈਰਲਡ ਸੀ ਉਸ ਨਿਊਜ਼ਪੇਪਰ ਦੇ ਵਿੱਚ ਸ਼ਾਇਦ ਬਹੁਤ ਸਾਰੇ ਨੇ ਪੜਿਆ ਹੋਵੇ ਸੁਣਿਆ ਵੀ ਹੋਵੇ ਕਿ ਖਾਸ ਤੌਰ ਤੇ ਅਲਬਰਟਾ ਦੇ ਵਿੱਚ ਔਰਤਾਂ ਜਿਹੜੀਆਂ ਨੇ ਇਹ ਮਰਦਾਂ ਦੀ ਇਨਕਮ ਤੋਂ 64% ਜਿਹੜੀ ਹੈ ਉਹ ਕਮਾਉਂਦੀ ਹੈ 64% ਹਾਲਾਂਕਿ ਦੂਜੇ ਜਿਹੜੇ ਪ੍ਰੋਵਿੰਸਿਸ ਨੇ ਕਿਸੇ ਵਿੱਚ ਜਿਵੇਂ ਸਸਕੈਚੁਅਨ ਹੈ ਉੱਥੇ ਮਰਦ ਦੀ ਇਨਕਮ ਦਾ 80% ਜਿਹੜਾ ਹੈ ਉਹ ਔਰਤ ਕਮਾ ਰਹੀ ਹੈ ਜਦੋਂ ਕਿ ਕਿਊਬਕ ਦੇ ਵਿੱਚ ਵੀ ਨੀਅਰ ਅਬਾਊਟ 75% ਹੈ ਓਨਟਾਰੀਓ ਦੇ ਵਿੱਚ ਵੀ ਇਸੇ ਤਰ੍ਹਾਂ ਹੈ ਪਰੰਤੂ ਅਲਬਰਟਾ ਸਟੇਟ ਜਿਹੜੀ ਕਿ ਸਭ ਤੋਂ ਜ਼ਿਆਦਾ ਇੱਕ ਡਿਵੈਲਪਡ ਹੈ ਵਿਕਸਿਤ ਹੈ ਬਟ ਉੱਥੇ ਵੀ ਔਰਤਾਂ ਦੀ ਇਨਕਮ ਜਿਹੜੀ ਹੈ ਮਰਦ ਦੇ ਮੁਕਾਬਲੇ ਵਿੱਚ ਲੋਅਰ ਲੈਵਲ ਤੇ ਹੈ 1993 ਦੇ ਵਿੱਚ ਮੈਂ ਪੜ੍ਹਿਆ ਸੀ ਕਿ ਔਰਤਾਂ ਦੀ ਇਨਕਮ 65% ਸੀ ਜਿਹੜੀ ਕਿ ਘਟਣੀ ਸ਼ੁਰੂ ਹੋਈ ਤੇ ਇਸ ਵੇਲੇ 63% ਹੈ ਰੀਜ਼ਨਸ ਅਲਬਰਟਾ ਇੱਕ ਆਇਲ ਕਹੋ ਕਿ ਫੇਵਰਡ ਸਾਡੀ ਸਟੇਟ ਹੈ ਪ੍ਰੋਵਿੰਸ ਹੈ ਇੱਥੇ ਆਇਲ ਕੰਪਨੀਆਂ ਜਿਹੜੀਆਂ ਨੇ ਮੋਸਟਲੀ ਕਰਦੀਆਂ ਨੇ ਪ੍ਰੈਫਰ ਮਰਦਾਂ ਨੂੰ ਨੌਕਰੀ ਦੇ ਤੇ ਮਰਦਾਂ ਨੂੰ ਨੌਕਰੀ ਵੀ ਮਿਲਦੀ ਹੈ ਘਰਾਂ ਦੇ ਉੱਤੇ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਔਰਤਾਂ ਦੀ ਘਰਾਂ ਨੂੰ ਸੰਭਾਲਣ ਉਸੇ ਹੀ ਸਰਵੇ ਦੇ ਵਿੱਚ ਆਇਆ ਸੀਗਾ ਕਿ ਔਰਤ ਜਿਹੜੀ ਹੈ 35 ਘੰਟੇ ਘਰ ਦੇ ਵਿੱਚ ਕੰਮ ਕਰਦੀ ਹਫ਼ਤੇ ਦੇ ਵਿੱਚ ਅਨਪੇਡ ਵਰਕ ਅਨਪੇਡ ਵਰਕ ਹੈ ਜਿਹੜਾ ਕਿ ਉਹਦਾ ਉਹਨੂੰ ਪੈਸਾ ਨਹੀਂ ਮਿਲਦਾ ਦੂਸਰੀ ਗੱਲ ਉਹਦੇ ਵਿੱਚ ਇਹ ਹੈ ਕਿ ਅਲਬਰਟਾ ਗਵਰਨਮੈਂਟ ਦੇ ਵੱਲੋਂ ਜਿਹੜੀ ਚਾਈਲਡ ਕੇਅਰ ਹੈ ਉਹ ਘੱਟ ਵੀ ਹੈ ਪਲੱਸ ਐਕਸਪੈਂਸਿਵ ਵੀ ਹੈ ਜਦੋਂ ਇੱਕ ਕਪਲ ਦੇ ਇੱਕ ਤੋਂ ਵੱਧ ਬੱਚੇ ਹੋ ਜਾਂਦੇ ਨੇ ਦੋ ਬੱਚੇ ਹੋ ਗਏ ਤਿੰਨ ਹੋ ਗਏ ਤਾਂ ਦੈਨ ਔਰਤ ਜਿਹੜੀ ਹੈ ਉਹ ਨੌਕਰੀ ਨਹੀਂ ਕਰ ਸਕਦੀ ਬਿਕੋਜ਼ ਉਹ ਚਾਈਲਡ ਕੇਅਰ ਅਫੋਰਡ ਨਹੀਂ ਕਰ ਸਕਦੀ ਸੋ ਅਲਬਰਟਾ ਦੇ ਵਿੱਚ ਅਜੇ ਵੀ ਔਰਤਾਂ ਬਾਕੀ ਕੈਨੇਡਾ ਦੇ ਮੁਕਾਬਲੇ ਵਿੱਚ ਲੋਅਰ ਲੈਵਲ ਤੇ ਆਉਂਦੀਆਂ ਨੇ ਤੇ ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਇੱਕ ਡਿਵੈਲਪਡ ਕੰਟਰੀ ਦੀ ਤੇ ਜੇ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਜਿੱਥੋਂ ਅਸੀਂ ਆਪਾਂ ਆਏ ਹਾਂ ਆਪਣੇ ਹੋਮ ਕੰਟਰੀ ਦੀ ਗੱਲ ਕਰੀਏ ਹੋਰ ਕੰਟਰੀਜ਼ ਦੀ ਸਾਊਥ ਏਸ਼ੀਅਨ ਜਿੰਨੇ ਵੀ ਮੁਲਕ ਨੇ ਤਾਂ ਉੱਥੇ ਔਰਤ ਦੀ ਸਥਿਤੀ ਕੀ ਹੈ ਇਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਸੋ ਬਹੁਤ ਸਾਰਾ ਕੰਮ ਭੈਣ ਜੀ ਕਰਨ ਵਾਸਤੇ ਅਜੇ ਪਿਆ ਹੋਇਆ ਆਪਾਂ ਡੋਮੈਸਟਿਕ ਜਿਹੜੀ ਵਾਇਲੈਂਸ ਹੈ ਉਹਦੇ ਤੇ ਕੰਮ ਕਰਦੇ ਹਾਂ ਹੋਰ ਅਬਿਊਜ਼ਸ ਜਿਹੜੀਆਂ ਨੇ ਉਹਨਾਂ ਤੇ ਕੰਮ ਕਰਦੇ ਹਾਂ ਮੈਨੂੰ ਲੱਗਦਾ ਕਿ ਦੇਰ ਇਜ਼ ਅ ਲੋਟ ਆਫ ਵਰਕ ਟੂ ਬੀ ਡਨ ਇਨ ਕੈਲਗਰੀ ਐਂਡ ਸਪੈਸ਼ਲੀ ਇਨ ਅਲਬਰਟਾ ਆਲਸੋ ਸੋ ਉਮੀਦ ਆ ਕਿ ਸਾਡੀ ਸਭਾ ਜਿਹੜੀ ਹੈ ਇਹਨਾਂ ਰਾਹਾਂ ਤੇ ਤੁਰਦੀ ਹੋਈ ਜ਼ਰੂਰ ਕੁਝ ਨਾ ਕੁਝ ਚੰਗਾ ਕਰਦੀ ਰਹੇ ਬਹੁਤ ਚੰਗਾ ਲੱਗਦਾ ਹੈ ਜਦੋਂ ਸਾਡੀਆਂ ਧੀਆਂ ਭੈਣਾਂ ਜਾਂ ਸਾਡੀਆਂ ਇਸ ਸਾਡੇ ਵਰਗ ਦੀਆਂ ਮਾਵਾਂ ਇਸ ਲੈਵਲ ਤੱਕ ਪਹੁੰਚਦੀਆਂ ਤਾਂ ਅਸੀਂ ਸਾਡਾ ਜਿਹੜਾ ਸਿਰ ਹੈਗਾ ਉਹ ਮਾਣ ਨਾਲ ਉੱਚਾ ਹੋ ਜਾਂਦਾ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਆਪਣੇ ਕੋਲ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਅਜੇ ਵੀ ਪਰਦੇ ਦੇ ਪਿੱਛੇ ਬੈਠੀਆਂ ਹਨ ਅੱਗੇ ਨਹੀਂ ਆਉਂਦੀਆਂ ਕਾਰਨ ਤੁਸੀਂ ਉਹਨਾਂ ਨੂੰ ਅੱਗੇ ਲਿਆਉਣਾ ਸਾਡੇ ਕੋਲ ਬਹੁਤ ਸਾਰੇ ਐਜੂਕੇਟਡ ਹੈ ਮੈਡਮ ਬਰਾੜ ਬੈਠੇ ਨੇ ਬਹੁਤ ਹਾਈਲੀ ਐਜੂਕੇਟਡ ਹੈ ਇਸੇ ਤਰ੍ਹਾਂ ਪ੍ਰਿੰਸੀਪਲ ਬੈਠੇ ਨੇ ਇਸੇ ਤਰ੍ਹਾਂ ਟੀਚਰਸ ਬੈਠੇ ਨੇ ਇਸੇ ਤਰ੍ਹਾਂ ਹੋਰ ਵਰਗਾਂ ਦੇ ਬਹੁਤ ਸਾਰੇ ਮਤਲਬ ਰਿਪ੍ਰੈਜੈਂਟੇਟਿਵ ਤੁਹਾਡੇ ਹੈਗੇ ਲੈਟਸ ਬ੍ਰਿੰਗ ਦਾ ਵੂਮਨ ਆਊਟ ਆਫ ਕਲਚਰ ਤਾਂ ਕਿ ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਤੁਹਾਡਾ ਜਿਹੜਾ ਤੁਸੀਂ ਕਹਿ ਰਹੇ ਹੈਗੇ ਆ ਕਿ 35% ਮਤਲਬ ਰੇਟ ਹੈਗਾ ਜਿਹੜਾ ਸਾਡੀ ਇਨਕਮ ਦਾ ਹੈਗਾ ਜਾਂ ਸਾਡੀ ਜਿਹੜੀ ਜੋਬਸ ਦਾ ਹੈਗਾ ਉਹਨੂੰ ਹੋਰ ਅੱਗੇ ਵਧਾਈਏ ਅਸੀਂ ਜਿਹੜੇ ਮੈਂ ਅੱਜ ਆਪਣੀ ਨੋਰਾਣੀ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਬੇਟਾ ਅੱਗੇ ਆਓ ਕੋਸ਼ਿਸ਼ ਕਰੋ ਤੁਸੀਂ ਤੇ ਅਸੀਂ ਜਿਹੜੇ ਸੀਨੀਅਰਸ ਹੈਗੇ ਤੁਹਾਡੀ ਹਰ ਵੇਲੇ ਮਦਦ ਕਰਨ ਵਾਸਤੇ ਤਿਆਰ ਹੈਗੇ ਕਿ ਵਿਮੈਨ ਡੇ ਮਨਾਇਆ ਜਾ ਰਿਹਾ ਵੈਸੇ ਤਾਂ ਕੈਨੇਡਾ ਦੀ ਜਿਹੜੀ ਧਰਤੀ ਹੈ ਇੱਥੇ ਦੀ ਸਾਰੀ ਸੋਸਾਇਟੀ ਇੱਕ ਧਿਰ ਬਣ ਕੇ ਔਰਤ ਦੇ ਨਾਲ ਖੜੀ ਹੈ ਇਸ 'ਚ ਕੋਈ ਸ਼ੱਕ ਨਹੀਂ ਪਰ ਜਿਸ ਦੇਸ਼ ਤੋਂ ਆਪਾਂ ਆਏ ਹਾਂ ਉੱਥੇ ਇਹ ਮਸ਼ਹੂਰ ਡਾਇਲੋਗ ਹੈ ਕਿ ਹਰ ਧੀ ਆਪਣੇ ਬਾਬਨ ਦੀ ਪੱਗ ਦਾ ਟੋਟਾ ਹੈ ਇਸ ਦੇਸ਼ ਦੀ ਹਰ ਧੀ ਦਾ ਹੀ ਮਸਤਕ ਖੋਟਾ ਮੇਰਾ ਖਿਆਲ ਹੈ ਜਦੋਂ ਇੱਕ ਬੱਚੀ ਪੈਦਾ ਹੁੰਦੀ ਹੈ ਸਾਰੇ ਲੋਕ ਕਹਿੰਦੇ ਨੇ ਚਲ ਉਹ ਜਾਣੇ ਕਦੇ ਚੰਗੀ ਚੀਜ਼ ਵੀ ਹੁੰਦੀ ਜਿਸ ਦਾ ਮਤਲਬ ਹੈ ਕਿ ਪੈਦਾ ਹੋਣ ਵੇਲੇ ਹੀ ਸੋਸਾਇਟੀ ਸਾਡਾ ਸਮਾਜ ਸਾਡੀ ਕਲਚਰ ਸਾਡੇ ਆਪਣੇ ਲੋਕ ਸਾਡੀਆਂ ਮਾਵਾਂ ਭੈਣਾਂ ਸਾਰੇ ਦੇ ਸਾਰੇ ਲੋਕ
एक तरह ਨਾਲ ਦਰਸੀਸ ਦਿੰਦੇ ਨੇ ਕਿ ਪੱਥਰ ਜੰਮਿਆ ਅਸੀਂ ਥੈਂਕਫੁਲ ਆ ਉਹਨਾਂ ਮਰਦਾਂ ਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਾਬਾ ਨਾਨਕ ਨੇ ਪਹਿਲੀ ਵਾਰ ਫੈਮਿਨਿਜ਼ਮ ਦੀ ਨੀਂਹ ਰੱਖੀ ਸੀ ਇਹਨਾਂ ਮੁਲਕਾਂ ਦੇ ਵਿੱਚ ਤਾਂ ਔਰਤਾਂ ਨੇ ਆਪ ਝੰਡੇ ਬੁਲੰਦ ਕੀਤੇ ਨੇ ਪਰ ਸਾਡੇ ਮੁਲਕ ਦੇ ਵਿੱਚ ਬਾਬਾ ਨਾਨਕ ਨੇ ਪਹਿਲੀ ਵਾਰ ਝੰਡਾ ਚੱਕਿਆ ਸੀ ਜਦੋਂ ਗ੍ਰਸਥ ਜੀਵਨ ਨੂੰ ਤਰਜੀਹ ਦਿੱਤੀ ਸੀ ਕਿ ਵਿਆਹ ਨੂੰ ਤੱਜ ਕੇ ਪਹਾੜਾਂ ਤੇ ਨਾ ਚੜੋ ਇਹ ਔਰਤ ਵੀ ਤੁਹਾਡੇ ਬਰਾਬਰ ਦੀ ਹੱਕਦਾਰ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਹਿੰਦੇ ਨੇ ਜਿਹੜੀ ਬਿਜਲੀ ਹੈ ਜੇ ਬਿਜਲੀ ਦੀ ਨੰਗੀ ਤਾਰ ਨੂੰ ਹੱਥ ਲਾ ਲਓ ਤਾਂ ਮਰ ਜਾਈਦਾ ਪਰ ਉਸੇ ਬਿਜਲੀ ਦਾ ਸਦ ਉਪਯੋਗ ਸਾਨੂੰ ਚਾਨਣ ਵੀ ਦਿੰਦਾ ਫੈਮਿਨਿਜ਼ਮ ਤੇ ਮੇਰੀ ਕਿਤਾਬ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ ਉਹਦੇ ਵਿੱਚ ਸਾਰਾ ਕੁਝ ਮੈਂ ਲਿਖਿਆ ਹੋਇਆ ਬੜੇ ਅਫਸੋਸ ਦੀ ਗੱਲ ਹੈ ਕਿ ਸਾਰੀ ਦੁਨੀਆ ਦੇ ਵਿੱਚ ਕੇਵਲ ਤੇ ਕੇਵਲ 1% ਜਾਇਦਾਦ ਔਰਤਾਂ ਕੋਲ ਹੈ ਕੇਵਲ 1% ਬਾਕੀ ਸਭ ਮਰਦਾਂ ਕੋਲ ਹੈ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਸਭ ਬੰਦਿਆਂ ਦੇ ਨਾਮ ਤੇ ਪਰ ਇੱਥੇ ਹੁਣ ਪਰ ਇਸ ਮੁਲਕ ਦੇ ਵਿੱਚ ਕਿਉਂਕਿ ਕਿਸ਼ਤ ਭਰਨੀ ਹੁੰਦੀ ਹੈ ਲੜਾਈ ਝਗੜੇ ਹੋ ਜਾਂਦੇ ਡਾਇਵੋਰਸ ਹੋਣਾ ਹੁੰਦਾ ਹੈ ਮਕਾਨ ਬਦਲਣੇ ਹੁੰਦੇ ਨੇ ਮਕਾਨਾਂ ਦੇ ਵਿੱਚ ਅੱਧ ਸੁੱਧ ਬਦਲਣਾ ਹੁੰਦਾ ਹੈ ਬੱਚੇ ਕੱਟ ਲੈਣੇ ਹੁੰਦੇ ਨੇ ਇਹ ਸਾਰੀਆਂ ਗੱਲਾਂ ਅੱਗੇ ਆ ਜਾਂਦੀਆਂ ਨੇ ਇਸ ਕਰਕੇ ਕਈ ਵਾਰੀ 3 ਮਹੀਨੇ ਦੀ ਇੰਸ਼ੋਰੈਂਸ ਕਰਵਾਈ ਜਾਂਦੀ ਹੈ ਵੀ ਇਹ ਮਰ ਜਾਵੇ ਤਾਂ ਅਗਲੀ ਲੈ ਆਈਏ ਮੈਂ ਟੋਰਾਂਟੋ ਦੀ ਇਹ ਖਬਰ ਅਖਬਾਰ 'ਚ ਪੜ੍ਹੀ ਹੈ ਕਿ ਉਸਦੀ ਤੀਸਰੀ ਔਰਤ ਉਸਨੇ ਜਦੋਂ ਲਿਆਂਦੀ ਹੈ ਉਦੋਂ ਇੰਡੀਆ ਦੇ ਵਿੱਚ ਪਤਾ ਲੱਗਿਆ ਕਿ ਉਹਨੇ ਇੰਸ਼ੋਰੈਂਸ ਕਰਵਾਈ ਸੀ ਤੇ ਹੋਰ ਕੋਈ ਹਿਸਾਬ ਕਾਗਜ਼ ਕੀਤੇ ਸੀ ਮੈਂ ਨਹੀਂ ਕਹਿੰਦੀ ਕਿ ਔਰਤਾਂ ਵੀ ਕਰਦੀਆਂ ਨੇ ਦੋਨੋਂ ਪਾਸੇ ਹੀ ਹੈ ਇਹ ਨਹੀਂ ਗੱਲ ਕਿ ਆਪਣੇ ਮੌਕੇ ਦਾ ਨਜਾਇਜ਼ ਫਾਇਦਾ ਔਰਤਾਂ ਵੀ ਉਠਾਉਂਦੀਆਂ ਨੇ ਕਹਿੰਦੇ ਉਹ ਪਾਣੀ ਜੋ ਉਸ ਪਾਣੀ ਵਿੱਚ ਦਿਲ ਹੁੰਦੇ ਨੇ ਮਾਵਾਂ ਦੇ ਜੋ ਪੁੱਤਰਾਂ ਦੇ ਸਿਰ ਤੋਂ ਵਾਰੇ ਹੁੰਦੇ ਨੇ ਹਰ ਵਾਰੀ ਔਰਤ ਹੀ ਵਿਚਾਰੀ ਨਹੀਂ ਹੁੰਦੀ ਕਈ ਵਾਰੀ ਮਰਦ ਵੀ ਵਿਚਾਰੇ ਹੁੰਦੇ ਨੇ ਇਸ ਕਰਕੇ ਮੈਂ ਇਹ ਨਹੀਂ ਕਹਿੰਦੀ ਕਿ ਬਰਾਬਰ ਬਰਾਬਰ ਆਪਾਂ ਹੋਏ ਆ ਪਰ ਇਹ ਕਹਿ ਕੇ ਵੀ ਕੌਲੀ ਮੈਂ ਆਵਾਂ ਜੀ ਇਹ ਗਲਾਸ ਤੂੰ ਆ ਅੱਜ ਇਹ ਕੋਈ ਬਰਾਬਰੀ ਨਹੀਂ ਹੈ ਮੇਰੀ ਬੇਨਤੀ ਹੈ ਜੇ ਆਪਾਂ ਸੱਚੀ ਮੁੱਚੀ ਫੇਮੈਨ ਦੀ ਮਨਾਉਣਾ ਤਾਂ ਔਰਤ ਮਰਦ ਇੱਕ ਦੂਜੇ ਦੀ ਸੀਨੇ ਦੇ ਵਿੱਚ ਆਰ ਪਾਰ ਝਾਕ ਸਕਣ ਤਾਂ ਹੀ ਆਪਾਂ ਸਕਸੈਸਫੁਲ ਹੋਵਾਂਗੇ ਸੋ ਮੈਂ ਔਰਤ ਬਾਰੇ ਤੁਹਾਨੂੰ ਇੱਕ ਕਵਿਤਾ ਸੁਣਾਉਂਗੀ ਔਰਤ ਹੈ ਮੇਰੀ ਕਵਿਤਾ ਦਾ ਨਾਂ ਜਦੋਂ ਮੇਰਾ ਜਨਮ ਸੀ ਹੋਇਆ ਬਾਪੂ ਮੇਰਾ ਡਾਢਾ ਰੋਇਆ ਮਾਂ ਮੇਰੀ ਵੀ ਹਉਕੇ ਭਰਦੀ ਆਕਾਸ਼ ਜੇ ਮੈਂ ਇੱਕ ਪੁੱਤ ਨੂੰ ਜਾਂਦੀ ਮੈਂ ਸਭਨਾ ਦੇ ਮੂੰਹ ਵੱਲ ਵੇਖਾਂ ਰੋਣਾ ਧੋਣਾ ਸਭ ਦਾ ਦੇਖਾਂ ਕਿਉਂ ਪਾਉਂਦੇ ਨੇ ਹਾਲ ਦੁਹਾਈ ਮੈਂ ਕਿਹੜਾ ਮਰਜ਼ੀ ਨਾਈ ਆਖਰ ਮਾਂ ਨੇ ਚੁੱਕ ਕੇ ਇੱਕ ਨਾ ਲਾਇਆ ਚੁੰਮ ਕੇ ਮੈਨੂੰ ਦੁੱਧ ਪਿਲਾਇਆ ਅਗਲੇ ਸਾਲ ਇੱਕ ਵੀਰਾ ਆਇਆ ਸਭ ਨੇ ਉਸਦਾ ਸਗਨ ਮਨਾਇਆ ਖੁਸ਼ੀ ਪੁੱਤਰ ਦੀ ਰੱਜ ਰੱਜ ਕਰਦੇ ਧੀ ਨੂੰ ਵੇਖ ਕੇ ਹਉਕੇ ਭਰਦੇ ਸਦੀਆਂ ਤੋਂ ਕਰਲਾਉਂਦੀ ਆਈ ਦੁਹਾਈ ਪਿਆਰ ਦੀ ਪਾਉਂਦੀ ਆਈ ਪਿਆਰ ਮੇਰੇ ਨੂੰ ਜਾਲਿਆ ਜਾਂਦਾ ਅਰਮਾਨਾਂ ਨੂੰ ਸਾੜਿਆ ਜਾਂਦਾ ਬਲੇ ਦਾਜ ਵੀ ਚਾੜਿਆ ਜਾਂਦਾ ਹੰਝੂ ਮੇਰੇ ਘਰ ਘਰ ਪੈਂਦੇ ਅੱਲੇ ਜ਼ਖਮ ਵੀ ਰਿਸਦੇ ਰਹਿੰਦੇ ਹੰਝੂ ਮੇਰੇ ਘਰ ਘਰ ਪੈਂਦੇ ਅੱਲੇ ਜ਼ਖਮ ਵੀ ਰਿਸਦੇ ਰਹਿੰਦੇ ਇਹ ਦਿਲ ਮੇਰੇ ਚੋਂ ਹੂ ਕੇ ਘੁੱਟਦੀ ਆਪਣੇ ਖਤਾ ਮੈਂ ਰਹਿੰਦੀ ਪੁੱਛਦੀ ਕੀ ਹਾਂ ਮੈਂ ਨਵੀਆਂ ਦੀ ਮਾਈ ਕਿਉਂ ਮੇਰੀ ਇਹ ਦਿਸ਼ਾ ਬਣਾਈ ਇੱਕ ਦਿਨ ਮੈਨੂੰ ਸਮਝ ਆਈ ਵਾਧੂ ਖਰਚ ਮੈਂ ਦਾਤ ਬਰਾਈ ਨਾ ਕਿਹੜਾ ਮੇਰੇ ਜੰਮਣ ਦਾ ਨਾ ਕੋਈ ਕੰਮ ਹੈ ਮੇਰੇ ਮਰਨ ਦਾ ਨਾ ਕੋਈ ਮੇਰਾ ਆਪਣਾ ਘਰ ਹੈ ਨਾ ਕੋਈ ਮੇਰਾ ਆਪਣਾ ਦਰ ਹੈ ਲੱਗ ਕੋਈ ਮੇਰੀ ਲੋਹੜੀ ਮਨਾਏ ਮੇਰੀ ਦਿਸ਼ਾ ਬਦਲ ਨਾ ਜਾਏ ਅਜੇ ਵੀ ਮੈਂ ਨਫ਼ਰਤ ਦੀ ਪਾਥਰ ਅਜੇ ਮੈਂ ਰਹਿਣ ਦੀ ਮਦਦ ਪਹਿਲਾਂ ਮੇਰੇ ਬਾਪ ਦਾ ਘਰ ਸੀ ਹੁਣ ਮੇਰੇ ਪਤੀ ਦਾ ਘਰ ਹੈ ਅੱਗੋਂ ਮੇਰੇ ਪੁੱਤ ਦਾ ਘਰ ਹੈ ਦੱਸੋ ਬੇਟੀਓ ਕਲਵੰਤ ਕਹਿੰਦੀ ਮੇਰਾ ਕਿਹੜਾ ਘਰ ਮੇਰਾ ਸੋ ਮੈਂ ਅੱਜ ਆਪਣੇ ਉਹ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ ਇੱਕ ਵੂਮੈਨ ਦੇ ਬਾਰੇ ਕਿ ਅਸੀਂ ਕੀ ਸੋਚ ਰਹੇ ਹਾਂ ਕਿੱਥੇ ਖੜੇ ਹਾਂ ਅਤੇ ਕੀ ਹੋਣਾ ਚਾਹੀਦਾ
ਅਜੋਕੇ ਯੁੱਗ ਵਿੱਚ ਔਰਤ ਨੂੰ ਭਾਵੇਂ ਇੱਕ ਫਰਸ਼ ਦੇ ਤੌਰ ਤੇ ਬਰਾਬਰੀ ਦਾ ਹੀ ਨਹੀਂ ਸਗੋਂ ਉੱਚੇ ਦਰਜੇ ਦਾ ਰੁਤਬਾ ਵੀ ਦਿੱਤਾ ਜਾ ਰਿਹਾ ਹੈ। ਇਸ ਦੀਆਂ ਗੱਲਾਂ ਬਾਤਾਂ ਕਵਿਤਾਵਾਂ ਤੇ ਲਿਖਾਂ ਤੇ ਭਾਸ਼ਣਾਂ ਰਾਹੀਂ ਬਹੁਤ ਕੁਝ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿਹਦੇ ਸਲੋਕਾਂ ਦੇ ਵਿੱਚ ਇਹ ਅੰਕਿਤ ਹੈ ਕਿ ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਾਜਾਨ ਦੇ ਪਾਠ ਵੀ ਪੜ੍ਹੇ ਜਾਂਦੇ ਨੇ, ਕਿਉਂਕਿ ਆਮ ਤੁਸੀਂ ਦੇਖਦੇ ਹੋ ਕਿ ਸਟੇਜਾਂ ਦੇ ਲੇਖਾਂ ਦੇ ਵਿੱਚ ਇਸ ਸਲੋਕ ਨੂੰ ਬਹੁਤ ਜ਼ਿਆਦਾ ਦੁਹਰਾਇਆ ਜਾਂਦਾ। ਕਾਨੂੰਨੀ ਮਾਨਤਾ ਵੀ ਪ੍ਰਾਪਤ ਹੈ। ਸਦਾਚਾਰਕ ਪੱਧਰ ਤੇ ਮਨੁੱਖੀ ਬਰਾਬਰਤਾ ਦੀ ਸੋਚ ਨੂੰ ਉੱਤਮ ਸਮਝ ਕੇ ਉਹਨਾਂ ਤੇ ਪਹਿਰਾ ਦੇਣ ਦੇ ਦਾਅਵੇ ਸਾਰੇ ਆਲਮ ਵਿੱਚ ਹਰ ਰੋਜ਼ ਦਿੱਤੇ ਜਾਂਦੇ ਨੇ, ਪਰ ਅਮਲੀ ਤੌਰ ਤੇ ਜੋ ਹੋ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਵੀ ਨਹੀਂ ਹੈ। ਇਸਤਰੀਆਂ ਨੂੰ ਬਰਾਬਰਤਾ ਦਾ ਰੁਤਬਾ ਦਿਵਾਉਣ ਦੇ ਮੰਤਵ ਨਾਲ ਹੀ ਕੌਮਾਂਤਰੀ ਔਸਤਰਾ ਇਸਤਰੀ ਦਿਵਸ ਦਾ ਆਯੋਜਨ ਕੀਤਾ ਜਾਂਦਾ ਹੈ। ਸਾਰੇ ਸੰਸਾਰ ਦੇ ਵਿੱਚ 8 ਮਾਰਚ ਨੂੰ ਆਯੋਜਿਤ ਕੀਤੇ ਜਾਂਦੇ ਇਹਨਾਂ ਸਮਾਰੋਹਾਂ ਵਿੱਚ ਇਸਤਰੀ ਜਾਤੀ ਵੱਲੋਂ ਪਾਏ ਯੋਗਦਾਨਾਂ ਦੀਆਂ ਲਿਸਟਾਂ ਨੂੰ ਵੀ ਸਲਾਹਿਆ ਜਾਂਦਾ ਹੈ। ਮਹੱਤਵਪੂਰਨ ਦਾਸਤਾਨਾਂ ਦੇ ਕਿੱਸੇ ਦੁਹਰਾਏ ਜਾਂਦੇ ਨੇ। ਇਸਤਰੀਆਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣ ਦੇ ਨਾਅਰੇ ਵੀ ਲਗਾਏ ਜਾਂਦੇ ਨੇ। ਇਸਤਰੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਨੇ, ਹੱਕਾਂ ਦੇ ਪ੍ਰਤੀ ਸੁਚੇਤ ਵੀ ਹੋ ਰਹੀਆਂ ਨੇ ਤੇ ਸੰਘਰਸ਼ਸ਼ੀਲ ਵੀ ਹੋ ਰਹੀਆਂ ਨੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਔਰਤਾਂ ਹੈਨ ਕੌਣ ਤੇ ਕਿੰਨੀ ਕੁ ਗਿਣਤੀ ਚ ਹਨ। ਜਿਹੜੇ ਮੁਲਕ ਪਹਿਲਾਂ ਹੀ ਵਿਕਾਸ ਕਰ ਚੁੱਕੇ ਹਨ, ਜਿਸ ਤਰ੍ਹਾਂ ਕਿ ਅਮਰੀਕਾ, ਯੂਰਪ ਵਰਗੇ ਦੇਸ਼ ਜਾਂ ਸ਼ਹਿਰੀ ਲੋਕ, ਇਹ ਹਾਲਾਂ ਉਹਨਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਨੇ। ਵੱਟ ਬਹੁਤ ਤੱਕ ਪੇਂਡੂ ਇਲਾਕੇ, ਪਛੜੇ ਹੋਏ ਇਲਾਕੇ ਤੇ ਗਰੀਬ ਇਲਾਕੇ, ਖਾਸ ਕਰਕੇ ਭਾਰਤੀ ਮੂਲ ਵਿੱਚ ਅਜੇ ਵੀ ਇਸਤਰੀ ਨੂੰ ਮਰਦ ਦੀ ਜਾਇਦਾਦ ਸਮਝਿਆ ਜਾਂਦਾ ਹੈ। ਦੁਨੀਆ ਦੀ ਲਗਭਗ ਅੱਧੀ ਆਬਾਦੀ ਤੋਂ ਵੱਧ ਕੇ ਨੂੰ ਬਰਾਬਰਤਾ ਦੇ ਹੱਕ ਤੇ ਵਾਂਝਾ ਰੱਖਣਾ ਸਮਾਜਿਕ ਤੇ ਧਾਰਮਿਕ ਕਦਰਾਂ ਕੀਮਤਾਂ ਦੀ ਤੋਹੀਨ ਹੀ ਨਹੀਂ, ਸਗੋਂ ਮਰਦ ਦੇ ਸਦਾਚਾਰਕ ਪੱਖ ਤੋਂ ਨੀਵੇਂ ਡਿੱਗਣ ਦਾ ਵੀ ਪ੍ਰਤੀਕ ਹੈ। ਮੈਂ ਇਹ ਜ਼ਰੂਰ ਕਹਾਂਗੀ, ਬੇਸ਼ੱਕ ਭਾਰਤੀ ਅੰਤਰਰਾਸ਼ਟਰੀ ਇਕਾਗਰਨਾਮਿਆਂ ਨੇ ਆਜ਼ਾਦੀ, ਬਰਾਬਰੀ, ਭਾਈਚਾਰੇ, ਇਨਸਾਫ ਦੇ ਅਸੂਲਾਂ ਤੇ ਪਹਿਰਾ ਜ਼ਰੂਰ ਦਿੱਤਾ ਹੈ, ਪਰ ਬਦਕਿਸਮਤੀ ਇਹ ਹੈ ਕਿ ਇਹਨਾਂ ਕੰਮਾਂ ਨੇ ਔਰਤ ਦੇ ਰੁਤਬੇ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ। ਭਾਰਤੀ ਸੋਚ ਵਿੱਚ ਮਰਦ ਨੂੰ ਵਧੇਰੇ ਮਾਣਯੋਗ ਤੇ ਸ਼ਕਤੀਸ਼ੀਲ ਮੰਨਿਆ ਗਿਆ ਹੈ। ਇਸ ਸਮਾਜਿਕ ਔਰਤ ਦੀ ਆਪਣੀ ਕੋਈ ਅਲੱਗ ਪਹਿਚਾਣ ਨਹੀਂ ਹੈ, ਬਲਕਿ ਉਹ ਕਿਸੇ ਦੀ ਧੀ, ਭੈਣ ਅਤੇ ਪਤਨੀ ਦੇ ਤੌਰ ਤੇ ਹੀ ਜਾਣੀ ਜਾਂਦੀ ਹੈ। ਉਹ ਸਾਰੀ ਉਮਰ ਇਹਨਾਂ ਰਿਸ਼ਤਿਆਂ ਦੀ ਕਸਵੱਟੀ ਤੇ ਪੂਰਾ ਉਤਰਨ ਵਿੱਚ ਹੀ ਲਗਾ ਦਿੰਦੀ ਹੈ, ਹਰ ਵਕਤ ਪੂਰਾ ਉਤਰਨ ਨਾਲ ਨੋਚਦੀ ਹੈ। ਇੱਕ ਸਿਆਣੀ ਭੈਣ, ਆਗਿਆਕਾਰ ਧੀ, ਵਫ਼ਾਦਾਰ ਪਤਨੀ ਤੇ ਇੱਕ ਆਦਰਸ਼ ਮਾਂ ਬਣਨ ਦੀ ਸਿੱਖਿਆ ਉਸਨੂੰ ਬੁੜ੍ਹਤੀ ਦੇ ਨਾਲ ਹੀ ਦੇਣੀ ਸ਼ੁਰੂ ਹੋ ਜਾਂਦੀ ਹੈ, ਜਿਸ ਤਹਿਤ ਉਸਦਾ ਆਪਣਾ ਆਪ ਕਿਤੇ ਪਛਾਹ ਹੀ ਰਹਿ ਜਾਂਦਾ, ਗੁਆਚ ਹੀ ਜਾਂਦਾ। ਔਰਤ ਇਸ ਕਰਕੇ ਪਛਾਹ ਨਹੀਂ ਹੈ ਕਿ ਉਸ ਕੋਲ ਕਾਬਲੀਅਤ ਨਹੀਂ ਹੈ, ਬਲਕਿ ਇਸ ਲਈ ਕਿ ਪੰਜਾਬੀ ਸਮਾਜ ਵਿੱਚ ਮਰਦ ਦੀ ਸਿਆਣਪ ਵੀ ਤੇ ਪ੍ਰਧਾਨਗੀ ਵੀ ਹੈ। ਲੋਕ ਗੀਤਾਂ ਵਿੱਚ ਵੀ ਦੇਖ ਲਓ, ਵੀਰ ਭੈਣਾਂ ਦੁਆਵਾਂ ਕਰਦੀ, ਵੀਰ ਲਈ ਭੈਣ ਦੁਆਵਾਂ ਕਰਦੀ ਹੈ, ਪਰ ਵੀਰ ਕਿਤੇ ਭੈਣ ਦੀ ਮੰਗ ਕਰਦਾ ਨਜ਼ਰ ਆਉਂਦਾ ਹੈ? ਕਿਉਂਕਿ ਜਾਇਦਾਦ ਵੰਡਣ ਸਮੇਂ ਭੈਣਾਂ ਨੂੰ ਭਰਾਵਾਂ ਦੀਆਂ ਸ਼ਰੀਕਣੀਆਂ ਬਣਨ ਤੋਂ ਰੋਕਿਆ ਜਾਂਦਾ ਹੈ। ਦੂਜੀ, ਮਰਦ ਨੂੰ ਕਦੇ ਔਰਤ ਦੀ ਅਕਲ ਤੇ ਤਾਕਤ ਨਹੀਂ ਦਿਸਦੀ। ਮਰਦ ਨੂੰ ਕਦੇ ਔਰਤ ਦੀ ਅਕਲ ਤੇ ਤਾਕਤ ਨਹੀਂ ਦਿਸਦੀ, ਜੇ ਦਿਸਦੀ ਹੈ ਤਾਂ ਸਿਰਫ ਆਪਣੇ ਮਰਦ ਪੁਣੇ ਵਿੱਚ ਲਪੇਟੀ ਈਗੋ ਵਾਲੀ ਅੱਖ ਦੇ ਨਾਲ ਸਿਰਫ ਔਰਤ ਹੀ ਦਿਸਦੀ ਹੈ। ਉਸਦਾ ਜਿਸਮ ਹੀ ਦਿਸਦਾ ਹੈ, ਮੈਨੂੰ ਵੀ ਅਕਲ ਹੈ, ਔਰਤ ਨੂੰ ਹਰ ਘੜੀ ਸਾਬਤ ਕਿਉਂ ਕਰਨਾ ਪੈਂਦਾ ਹੈ? ਔਰਤ ਨੂੰ ਕਿ ਮੈਨੂੰ ਵੀ ਅਕਲ ਹੈ, ਉਸਨੂੰ ਹਰ ਵੇਲੇ ਇਹ ਕਿਉਂ ਸਾਬਤ ਕਰਨਾ ਪੈਂਦਾ? ਔਰਤਾਂ ਪ੍ਰਤੀ ਮਰਦਾਂ ਦੀ ਸੋਚ ਅੱਜ ਵੀ ਨਹੀਂ ਬਦਲੀ। ਮੈਂ ਬੜੇ ਦੁੱਖ ਦੀ ਗੱਲ ਹੈ ਸੋ ਬੜੇ ਦੁੱਖ ਦੀ ਗੱਲ ਹੈ ਕਿ ਮਰਦ ਕੋਲੋਂ ਔਰਤ ਦੀ ਅਕਲਮੰਦੀ, ਸੋਹਣੀ ਸੂਰਤ,
ਤੇ ਸੀਰਤ ਬਰਦਾਸ਼ਤ ਹੀ ਨਹੀਂ ਹੋਈ। ਸਾਡੇ ਮਰਦਾਂ ਨੇ ਔਰਤ ਨੂੰ ਕਦੇ ਤਸਲੀਮ ਹੀ ਨਹੀਂ ਕੀਤਾ। ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਸੀ, 20,000 ਸਾਲ ਹੋ ਗਏ ਨੇ ਸਭਿਅਤਾ ਨੂੰ ਬਣਿਆ, ਅਜੇ ਵੀ ਇਕੱਲੀ ਔਰਤ ਵੇਖ ਕੇ ਖਾਣ ਨੂੰ ਪੈਂਦਾ ਹੈ ਆਦਮੀ, ਭੁੱਖੇ ਦਾ ਭੁੱਖਾ, ਵਹਿਸ਼ੀ ਦਾ ਵਹਿਸ਼ੀ। ਕੁਝ ਕੁ ਸਵਾਲ ਉੱਠਦੇ ਨੇ ਜੋ ਧਿਆਨ ਦੀ ਮੰਗ ਕਰਦੇ ਨੇ, ਜਿਵੇਂ ਕਿ ਔਰਤ ਵਾਕਿਆ ਹੀ ਸੁਰੱਖਿਅਤ ਹੈ, ਨੰਬਰ ਇੱਕ। ਨੰਬਰ ਦੋ, ਕਿ ਉਸਨੂੰ ਮਾਣ ਨਾਲ ਜੀਵਨ ਦਾ ਅਧਿਕਾਰ ਹੈ। ਕੀ ਔਰਤਾਂ ਫੈਸਲੇ ਲੈਣ ਵਿੱਚ ਆਜ਼ਾਦ ਹਨ? ਕੀ ਉਹਨਾਂ ਕੋਲ ਪੁਰਖਾਂ ਵਰਗੇ ਮਰਜ਼ੀ ਦੇ ਮੌਕੇ ਹਨ? ਕੀ ਉਹਨਾਂ ਨੂੰ ਹਿੰਸਕ ਵਾਰਦਾਤਾਂ ਦੇ ਡਰ ਤੋਂ, ਪੱਖਪਾਤੀ ਰਵੱਈਏ ਤੋਂ ਬਚਾਇਆ ਜਾ ਸਕਦਾ ਹੈ? ਕੀ ਔਰਤ ਨੂੰ ਉਸਦੇ ਔਰਤ ਹੋਣ ਦੇ ਜ਼ੁਰਮ ਤੋਂ ਮੁਕਤ ਕੀਤਾ ਜਾ ਸਕਦਾ ਹੈ? ਕੀ ਔਰਤ ਨੂੰ ਸਤਿਕਾਰ, ਆਦਰ ਤੇ ਪਿਆਰ ਮਿਲ ਸਕਦਾ ਹੈ? ਅੱਜ ਸਾਨੂੰ ਇਹ ਸੋਚਣ ਦੀ ਲੋੜ ਹੈ। ਮੇਰੇ ਸਵਾਲ ਆ ਸਾਰੀ ਔਰਤ ਜਾਤ ਅੱਗੇ। ਥੈਂਕ ਯੂ। ਬਹੁਤ ਲੰਮਾ ਸਫ਼ਰ ਹੈ ਸਾਡੇ ਸਬਰਾਂ ਦਾ, ਬਹੁਤ ਲੰਬਾ ਸਫ਼ਰ ਹੈ ਸਾਡੇ ਸਬਰਾਂ ਦਾ, ਅਸੀਂ ਉਂਝ ਹੀ ਨਹੀਂ ਪਹੁੰਚੇ ਤਰਲਿਆਂ ਤੋਂ ਤਲਵਾਰਾਂ ਤੱਕ। ਕਿੰਨੀ ਦੇਰ ਤੋਂ ਜਿਹੜੀ ਔਰਤ ਆ ਉਹ ਸਟਰਗਲ ਕਰਦੀ ਆ ਰਹੀ ਆ, ਘਰ ਵਿੱਚ ਵੀ, ਅਸੀਂ ਬੇਟੀਆਂ ਨੂੰ ਵੀ, ਇੱਥੇ ਵੀ, ਈਵਨ ਐਡੇ ਡਿਵੈਲਪ ਕੰਟਰੀ ਵਿੱਚ ਆ ਕੇ ਵੀ, ਸਮਾਜ ਦੇ ਵਿੱਚ ਅਸੀਂ ਜਿੰਨੇ ਮਰਜ਼ੀ ਉੱਚੀ ਸੋਚ ਰੱਖ ਲਈਏ, ਪਰ ਸਾਨੂੰ ਹਰ ਵੇਲੇ ਇਹ ਫਿਕਰ ਰਹਿੰਦਾ ਵੀ ਕੱਲ੍ਹ ਸਾਨੂੰ ਦੂਜਾ ਬੰਦਾ ਨਾ ਕਹਿ ਦੇ ਤੇਰੀ ਬੇਟੀ ਉੱਥੇ ਸੀ ਜੋ ਆਹ ਕਰਨਾ ਸੀ। ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿੱਚ, ਗੁੱਸੇ 'ਚ ਆ ਕੇ ਬੋਲ ਕੋੜੇ ਬੋਲਿਆ ਨਾ ਕਰ। ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ, ਇਹ ਵੀ ਸਾਨੂੰ ਸੋਚਣਾ ਪੈਂਦਾ ਨਾ। ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ, ਸਮਝਾ ਦਿਆ ਕਰ ਪਿਆਰ ਨਾਲ, ਕੁੰਝੜ ਗਿਆ ਨਾ ਕਰ। ਫਿਰ ਕਹਿੰਦਾ, ਕੁਦਰਤ ਵੀ ਕਾਇਮ ਰੱਖਦੀ ਹੈ ਸਮ ਤੋਲ ਸੋਹਣਿਆ, ਰਾਤ ਦਿਨ ਦੀ ਗੇੜ ਨੂੰ ਤੂੰ ਰੋਕਿਆ ਨਾ ਕਰ। ਦੁਨੀਆਂ ਨੇ ਵਸ ਵੀ ਰਹਿਣਾ ਹੈ ਸਾਡੇ ਬਗੈਰ ਵੀ, ਕੋਈ ਵੀ ਦੁਨੀਆਂ ਤੋਂ ਚੱਲ ਜੇ, ਕੁਛ ਵੀ ਕੰਮ ਕਦੇ ਰੁਕਦੇ ਹੈ ਨੀ, ਅੱਜ ਮਰੇ ਭਾਲ ਕੇ ਦੂਜਾ ਦਿਨ, ਹੈਨਾ। ਦੁਨੀਆਂ ਨੇ ਵਸਦੀ ਰਹਿਣਾ ਹੈ ਸਾਡੇ ਬਗੈਰ ਵੀ, ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ। ਬਸ ਆਪਣੀ ਤਹਿ ਹੇਠਾਂ ਪਏ ਪੱਥਰ ਹੀ ਤੱਕ ਸਕੇ, ਸੂਰਜ ਨਾ ਚੰਨ ਤਾਰੇ ਦਿਸਣ ਇਉਂ ਗੰਧ ਲਿਆ ਨਾ ਕਰ। ਜੇ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ, ਜੇ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ, ਆਪਣੇ ਹੀ ਦਿਲ ਵਿਚਕਾਰ ਐਵੇਂ ਰੜ ਗਿਆ ਨਾ ਕਰ। ਆਪਣੇ ਬੇਟੀਆਂ ਜੰਮਣ ਤੇ ਤੁਸੀਂ ਕਦੀ ਵੀ ਅਫਸੋਸ ਨਾ ਕਰੋ, ਕਦੀ ਵੀ ਪੱਥਰ ਨਾ ਕਹੋ। A daughter is one of the most beautiful gift this world have to give. So ਆਪਣੀਆਂ ਬੇਟੀਆਂ ਨੂੰ ਉਹਨਾਂ ਨੂੰ ਪਰਮਾਤਮਾ ਦਿੱਤਾ ਹੈ ਤੋਹਫਾ ਸਮਝ ਕੇ ਉਹਨਾਂ ਦਾ ਆਦਰ ਕਰੋ, ਮਾਣ ਕਰੋ, ਉਹਨਾਂ ਦੀ ਇੱਜ਼ਤ ਦਿਓ। ਅਸੀਂ ਇੱਜ਼ਤ ਦੇਵਾਂਗੇ ਤੇ ਬੱਚਿਆਂ ਨੂੰ ਇੱਜ਼ਤ ਮਿਲੇਗੀ, ਵਰਨਾ ਲੋਕਾਂ ਨੇ ਬਾਹਰੋਂ ਇੱਜ਼ਤ ਨਹੀਂ ਦੇਣੀ। ਕਦੀ ਵੀ ਬੱਚਿਆਂ ਨੂੰ ਪੱਥਰ ਕਹਿ ਕੇ ਉਹਨਾਂ ਨੂੰ ਪਰਕਾਰੋ ਨਾ। ਬੱਚੀ ਕੁੜੀਆਂ ਨੂੰ ਮੁੰਡਿਆਂ ਵਾਂਗੂ ਹੀ ਪਾਲੋ, ਮੁੰਡਿਆਂ ਵਾਂਗੂ ਉਹਨਾਂ ਦਾ ਪਾਲਣ ਪੋਸ਼ਣ ਕਰੋ, ਆਪਣੇ ਆਪ ਔਰਤ ਹੋਣ ਤੇ ਮਾਣ ਕਰੋ। ਬਸ ਪਿਕਚਰ ਆਫ ਅ ਵਿਮਨ, ਮੈਨੂੰ ਏਦਾਂ ਲੱਗ ਰਿਹਾ ਸੀਗਾ ਕਿ ਵਿਕਟਮ ਵਿਕਟਮ ਵਿਕਟਮ, ਐਂਡ ਜਦੋਂ ਅਸੀਂ ਵਿਕਟਮ 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 ਆਪਣੇ ਆਪ ਹੀ ਕਰੀ ਜਾ ਰਹੇ ਹਾਂ, ਸੋਸਾਇਟੀ ਵਿਲ ਸੀ ਯੂ ਐਜ਼ ਅ ਵਿਕਟਮ, ਠੀਕ ਹੈ ਨਾ। ਅਤੇ ਮਤਲਬ ਆਪਾਂ ਅਗਰ ਇਤਿਹਾਸ, ਆਪਣਾ ਇੰਡੀਅਨ ਇਤਿਹਾਸ ਵੀ ਦੇਖਦੇ ਹਾਂ, ਵੀ ਆਲਵੇਜ਼ ਥਿੰਕ ਕਿ ਮਤਲਬ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਇਹ ਇਨੀਸ਼ੀਏਟ ਕੀਤਾ ਸੀਗਾ, ਲੇਕਿਨ ਅਸੀਂ ਔਰ ਬੈਕ ਜਾਈਏ ਏਨਸ਼ੀਅੰਟ ਹਿਸਟਰੀ, ਜਿਹੜੇ ਸਾਡੇ ਰਿਗਵੇਦ ਹੈਗਾ, ਜਿਹੜੇ ਸਾਡੇ ਵੇਦ ਸੀਗੇ, ਉਦੋਂ ਵੀ ਜੋ ਕੰਟਰੀਬਿਊਟਰ ਹੈ 22 ਜਿਹੜੇ ਰਿਚਾ ਸੀਗੀ, 22 ਮਤਲਬ ਜੋ ਹੈਗੇ ਵਿਦੂਸ਼ੀ ਜਿਹੜੇ ਸੀਗੇ, ਜਿਹਨਾਂ ਨੇ ਕੰਟਰੀਬਿਊਟਰ ਹੈ ਜਾਂ ਰਿਸ਼ੀ ਕਹੇ ਜਾ ਸਕਦੇ ਹੈ, ਉਹ ਲੇਡੀਜ਼ ਸੀਗੀ, ਗਾਰਗੀ ਉਹਨਾਂ 'ਚੋਂ ਵਨ ਸੀ, ਠੀਕ ਹੈ ਨਾ। ਉਸ ਟਾਈਮ ਵੀ ਮਤਲਬ ਜੋ ਲੇਡੀ ਦਾ ਸਟੇਟਸ ਸੀਗਾ ਉਹ ਬਹੁਤ ਹਾਈ ਸੀਗਾ, ਬਰਾਬਰੀ ਦਾ ਸੀਗਾ। ਇਹ ਨਹੀਂ ਸੀਗਾ ਕਿ ਮਤਲਬ ਆਲ ਆਫ ਅ ਸਡਨ ਜਿਹੜਾ ਹੈਗਾ ਵਿੱਚ ਮਿਡਲ ਈਵਲ 'ਚ ਆ ਕਰਕੇ ਅਸੀਂ ਡਾਊਨ ਹੋਈ ਹਾਂ। ਉਹਦਾ ਰੀਜ਼ਨ ਇਹ ਨਹੀਂ ਰਿਹਾ ਕਿ ਮਤਲਬ ਮਰਦ ਨੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ, ਸਾਡੇ ਕਲਚਰ ਨੇ ਕੀਤਾ ਜਾਂ ਨਹੀਂ,
इट वॉज इनवेशन जो दूसरे मतलब सीगे इनवेडर सीगे चाहे मुस्लिम सीगे या दूसरे सीगे उन्होंने जो इंडिया च इनवेजन बार बार किया उसका इफेक्ट यह होया कि औरत और बच्चे घर के अंदर हो गए जो तुम वार की सिचुएशन देखते हैं पहले जो वार है वो ये तो है नहीं मैं अज मतलब गोली चलानी है या कुछ भी है वो लेडीज़ भी कर सकती है उदो ये कि सामने आके तुम लड़ना है उदो मर्द या मुंडे आके आके लड़ते रहे जोड़ा साडा कल्चर सीगा वो असी मतलब दौड़ के कदम इधर जा रहे कदम उधर जा रहे कदम प्रोटेक्शन प्रोटेक्शन जाकर मतलब लेडीज़ की एजुकेशन भी कंट्रोल होगी मतलब जो बच्चे है वह भी कंट्रोल हो गए सो जी सा दुर्दशा हुई है एज ए वीमेन दैट वॉज द ईवल थिंग क्योंकि उस टाइम ही पर्दा प्रथा शुरू हुई जो असं ये देख लिया भी मतलब पर्दे तो भी मतलब नहीं बचाव होना है इनवेडर्स ने आके लेडीज चक के लै जानी है बच्चे चक के लै जाने सती प्रथा शुरू होगी पद्मिनी का जोहर जोड़ा है 1500 पहला केस उ उसके बाद ही मतलब जो है सती प्रथा आई जो सती प्रथा आ गई सती प्रथा के पिछे जो है लालच भी है रिश्तेदार की कि जो हसबेंड मर गया वो प्रॉपर्टी हथिया आनी है लेडीज नाल मर जाए फिर कोई अडल्ट रह नहीं गया बच्चों की प्रॉपर्टी तुम हथिया सकते हैं सो देर आर मैनी फैक्टर एजुकेशन साड़ी मतलब जो है डिले होगी सो ये नहीं आप कह सकते कि असं विक्टिम ही रहे हैं मतलब इस करके असी अगर हाईलाइट करते हैं विक्टिम विक्टिम वाली ना हाईलाइट करिए आप भी हाईलाइट करिए कि वी हैव पावर 50% जो अजे भी लेडीज है जो 50% पॉपुलेशन लेडीज ही है देन वाई शी इज विक्टिम कौन रिस्पोंसिबल है आदमी आई डोंट बिलीव इट अक्सर जो तुम घर भी देखो मतलब अपने हसबेंड से देख लो आगे उन्हें कान भर दे टू बी वेरी फ्रेंक आप कह दें मेरे हसबेंड ने मेरे साथ की है इनडायरेक्ट वे मैं कह रही हूँ कि पता है तेरी सिस्टर ने करता तेरे ब्रदर ने करता अज मेरे नाल ये हो गया अज वो हो गया अज मुंडे ने नहीं किया कुड़ी ने नहीं किया हु इज द बेस्ट प्रोटेक्टर ऑफ द किड्स पहले टीचर भी कौन है औरत आप एज ए मदर है और मदर ही अगर डिफरेंशिएट कर रही है कि मलाई तो मैं मुंडे ने देनी है हाय बेटा तू मेरा देखना लग जा कुड़ी नु है बेटी तू काम कर चल तू भांडे मांज ले कोई नहीं बाद च पढ़ ले आई सी माई मदर ऑल्सो मैं भी साइंस स्टूडेंट मेरा ब्रदर भी साइंस स्टूडेंट है ब्रदर तो कहना हाँ तू पढ़ ले लदम मैं कहना लदा जा थोड़े भांडे जरे मेरे साफ कर दे मैं कहा क्यों आइदर वो भी करे या मैं भी करूँ या फिर दोनों नहीं करे ठीक है ना मगर मतलब इफ वी सी कि वी हैव टू प्रोटेक्ट सो वी हैव टू सी कि वी एज ए वीमेन वी कैन चेंज अवर सेल्फ जे साड़ी अपनी सोच चेंज होएगी सोसाइटी दी चेंज अपने आप चेंज हो जाएगी जे आप अपने राइट्स वास्ते खड़े होंगे तेरी मतलब जेडे राइट प्रोटेक्ट होने सो विक्टिम दी नहीं है एज ए वीमेन अज का जेड़ा डे बनिया सीगा एम्पावरमेंट ऑफ वीमेन सो मेरी मतलब ये रिक्वेस्ट है कि दिस इज द डे ऑफ एम्पावरमेंट वी शुड थिंक एज एम्पावर्ड वीमेन एंड वी शुड बी द प्रोटेक्टर ऑफ अवर डॉटर्स अवर फैमिलीज थैंक यू कहते ने नारी बिन हर पुरुष हर घर विच समाज अधूरा नारी दे नाल है हर ख्वाब हर सफर हर लक्ष्य पूरा नारी बिन हर पुरुष हर घर हर समाज अधूरा नारी दे नाल है हर ख्वाब हर सफर हर लक्ष्य पूरा 8 तरीक अंतरराष्ट्रीय नारी दिवस मनाया जा रहा है हर साल कौमी पद्धर से मनाए जाने वाले स्त्री दिवस का तो कोई लाभ होएगा जेकर इस दिन स्त्री जाति को अपने हकों प्रति जागरूक करने लिए हमला मारिया जाए पुराने समय के मुकाबले औरत की स्थिति विच बहुत सुधार आ चुका है पर फिर भी औरत के बनते हक मान सम्मान देने लिए बहुत कुछ करना बाकी है औरतों के नाल किए जाने वाले गलत व्यवहार दियां अनेक उदाहरण मिलदियां हैं जिन्हों देख के सिर शर्म नाल झुक जाता है औरत को अपनी शक्ति पछाननी चाहिए है अते ये गल भी याद रखनी चाहिए है कि अपनी सुंदरता ते स्वाभिमान नू बरकरार रखने लिए उसनू मर्द कोलों दुगनी शक्ति नाल काम करना पड़ेगा एक होर गल भी मैं कहने तो झिझकदी नहीं कि जे तुसी चाहते हो कि तुहाडी धी बाहर जाके विचरती अपने आप नू सुरक्षित महसूस करे तो तुहानू चाहीदा है कि अपने पुत्र नू घरों जाने तो पहला समझा के भेजो तो बाहर जाके किसी की धी नू परेशान ना करे अखीर विच मैं सब दे भैण सब भैणां नू अंतरराष्ट्रीय नारी दिवस की वधाई देंदी हाँ आओ असी सब मिल के श्री गुरु नानक देव जी के महान सोच की बरकरार रखिए सो क्यों मंदा आखिए जित जमे राजान दे शब्दां नाल
ਕਹਿੰਦੇ ਨੇ ਕੁੜੀ ਇੱਕ ਵਧੀਆ ਦੋਸਤ ਵੀ ਹੁੰਦੀ ਹੈ ਕਹਿੰਦੇ ਨੇ ਕੁੜੀ ਇੱਕ ਵਧੀਆ ਦੋਸਤ ਵੀ ਹੁੰਦੀ ਹੈ ਬੇਗਾਨੀ ਕੁੜੀ ਨੂੰ ਭੈਣ ਨਹੀਂ ਮੰਨਦੇ ਬੇਗਾਨੀ ਕੁੜੀ ਨੂੰ ਭੈਣ ਨਹੀਂ ਮੰਨਦੇ ਤਾਂ ਘੱਟੋ ਘੱਟ ਦੋਸਤ ਮੰਨ ਕੇ ਲਿਖਦੀ ਕਵਿਤਾ ਲਿਖੀ ਹੈ ਰੂਹ ਦੀ ਅਡਾਰੀ ਰੋਜ਼ ਸਵੇਰੇ ਅੰਮ੍ਰਿਤ ਵੇਲੇ ਮੇਰੀ ਰੂਹ ਦਾ ਪੰਛੀ ਮਾਰ ਉਡਾਰੀ ਮੈਨੂੰ ਅੰਮ੍ਰਿਤਸਰ ਲੈ ਜਾਂਦਾ ਡਰਾ ਕੇ ਦਰਸ਼ਨ ਦਿਦਾਰੇ ਮੇਰੇ ਮੱਕੇ ਮਦੀਨੇ ਹਰਿਮੰਦਰ ਪਿਆਰੇ ਦੇ ਮੈਨੂੰ ਮੁੜ ਸੱਤ ਸਮੁੰਦਰ ਪਾਰ ਛੱਡ ਜਾਂਦਾ ਕਦੇ ਸੋਚਦੀ ਹਾਂ ਰੱਬਾ ਮੈਥੋਂ ਕੀ ਗਲਤੀ ਹੋਈ ਜੋ ਤੂੰ ਮੈਨੂੰ ਪਾਣੀਓਂ ਵਿਛੜੀ ਮੱਛੀ ਵਾਂਗ ਤੜਫਾਉਂਦਾ ਆਪੇ ਹੀ ਫਿਰ ਸਮਝੌਤਾ ਕਰ ਲੈਂਦੀ ਕੀ ਹੋਇਆ ਜੇ ਤੂੰ ਵਿਛੋੜਦਾ ਹੈ ਤਾਂ ਫਿਰ ਆਪੇ ਹੀ ਬਣਾਉਂਦਾ ਰੋਜ਼ ਸਵੇਰੇ ਅੰਮ੍ਰਿਤ ਵੇਲੇ ਮੇਰੀ ਰੂਹ ਦਾ ਪੰਛੀ ਮਾਰ ਉਡਾਰੀ ਨੂੰ ਅੰਮ੍ਰਿਤਸਰ ਲੈ ਜਾ ਗਲਤੀਆਂ ਵੀ ਤਾਂ ਮੇਰਾ ਰੱਬਾ ਬੰਦਿਆਂ ਕੋਲੋਂ ਹੁੰਦੀਆਂ ਤੂੰ ਬਖਸ਼ਣਹਾਰ ਕਹਾਉਂਦਾ ਰਹਿੰਦੀ ਹਾਂ ਸਦਾ ਤੇਰੀ ਰਜ਼ਾ ਵਿੱਚ ਰਾਜੀ ਇਹ ਸੋਚ ਮੇਰਾ ਮਨ ਟੈਕ ਕੇ ਬਹਿ ਜਾਂਦਾ ਰੋਜ਼ ਸਵੇਰੇ ਅੰਮ੍ਰਿਤ ਵੇਲੇ ਮੇਰੀ ਰੂਹ ਦਾ ਪੰਛੀ ਮਾਰ ਉਡਾਰੀ ਨੂੰ ਅੰਮ੍ਰਿਤਸਰ ਲੈ ਜਾਂਦਾ ਕਰਾ ਕੇ ਦਰਸ਼ਨ ਦਿਦਾਰੇ ਮੇਰੇ ਮੱਕੇ ਸਮੁੰਦਰ ਤੇ ਮੈਨੂੰ ਸੱਤ ਸਮੁੰਦਰ ਤੈਨੂੰ ਦਾਤਿਆ ਲਾਂਭਾ ਕਦੇ ਨਾ ਦੇਵਾਂ ਲਾਂਭਾ ਚਾਂਦੀ ਦੇ ਛਿਲੜਾਂ ਨੂੰ ਦੇਵਾਂ ਜਿੰਨਾ ਚੱਕ ਪਰਦੇਸ ਲਿਆਂਦਾ ਮੇਰੇ ਪਿਆਰੇ ਵਤਨ ਪੰਜਾਬ ਤੋਂ ਮੈਨੂੰ ਦੂਰ ਦੇਸ ਲੈ ਜਾਂਦਾ ਰੋਜ਼ ਸਵੇਰੇ ਅੰਮ੍ਰਿਤ ਵੇਲੇ ਮੇਰੀ ਰੂਹ ਦਾ ਪੰਛੀ ਮਾਰ ਉਡਾਰੀ ਨੂੰ ਅੰਮ੍ਰਿਤਸਰ ਲੈ ਜਾਂਦਾ ਤਿੰਨ ਡੱਬਿਆਂ ਦਾ ਦੁਰਲੱਭ ਖਜ਼ਾਨਾ ਮੈਨੂੰ ਲੱਭਿਆ ਪਹਿਲਾ ਖੋਲ੍ਹਾ ਤਾਂ ਮੈਨੂੰ ਹਿੰਦੁਸਤਾਨ ਲਿਜਾਂਦਾ ਦੂਜਾ ਡੱਬਾ ਜਦ ਮੈਂ ਖੋਲ੍ਹਦੀ ਮੈਨੂੰ ਵਿੱਚ ਪੰਜਾਬ ਲਿਜਾਂਦਾ ਤੀਜਾ ਡੱਬਾ ਨਿਆਰਾ ਸਭ ਤੋਂ ਪਿਆਰਾ ਖੋਲ੍ਹਾ ਤਾਂ ਮੈਨੂੰ ਅੰਮ੍ਰਿਤਸਰ ਸਿਫਤੀ ਦੇ ਘਰ ਲੈ ਜਾਂਦਾ ਹਰਿਮੰਦਰ ਪਿਆਰੇ ਅਸਲੀ ਹੀਰਿਆਂ ਦੇ ਮੰਦਰ ਲੈ ਜਾਂਦਾ ਜਿੱਥੇ ਜਾ ਕੇ ਕਊਆ ਹੰਸ ਪੈ ਜਾਂਦਾ ਰੋਜ਼ ਸਵੇਰੇ ਅੰਮ੍ਰਿਤ ਵੇਲੇ ਮੈਨੂੰ ਰੂਹ ਦਾ ਪੰਛੀ ਮਾਰ ਉਡਾਰੀ ਨੂੰ ਅੰਮ੍ਰਿਤਸਰ ਲੈ ਜਾਂਦਾ ਇਨਾ ਅੱਖੀਆਂ ਚ ਪਾਵਾਂ ਕਿਵੇਂ ਕਜਰਾਵੇ ਅੱਖੀਆਂ ਚ ਤੂੰ ਵਸਦਾ ਇਨਾ ਅੱਖੀਆਂ ਚ ਪਾਵਾਂ ਕਿਵੇਂ ਕਜਰਾਵੇ ਅੱਖੀਆਂ ਚ ਤੂੰ ਵਸਦਾ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂਵੇ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂਵੇ ਗੁਲੀਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ ਅੱਖੀਆਂ ਚ ਤੂੰ ਵੇ ਉਹ ਜਦੋਂ ਹੱਸਦੀ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਚ ਤੂੰ ਵਸਦਾ ਇਨਾ ਅੱਖੀਆਂ ਚ ਪਾਵਾਂ ਕਿਵੇਂ ਕਜਰਾ ਵੇ ਅੱਖੀਆਂ ਚ ਤੂੰ ਵਸਦਾ ਲੰਮੀਆਂ ਸੀ ਬਾਟਾ ਚੰਨਾ ਨੇੜੇ ਨੇੜੇ ਆਇਆ ਤੂੰ ਲੰਮੀਆਂ ਸੀ ਬਾਟਾ ਚੰਨਾ ਨੇੜੇ ਨੇੜੇ ਆਇਆ ਤੂੰ ਅੱਖੀਆਂ ਦੇ ਰਾਹੀਂ ਮੇਰੇ ਦਿਲ 'ਚ ਵਸਾਇਆ ਤੂੰ ਦਿਲ 'ਚ ਵਸਾਇਆ ਤੂੰ ਉਹ ਜਦੋਂ ਪੁੱਛਦੀਆਂ ਉਹ ਜਦੋਂ ਪੁੱਛਦੀਆਂ ਪਿਆਰ ਦੀਆਂ ਗੱਲਾਂ ਵੇ ਹੌਲੀ ਹੌਲੀ ਤੂੰ ਦੱਸਦਾ ਇਨਾ ਅੱਖੀਆਂ ਚ ਪਾਵਾਂ ਕਿਵੇਂ ਕਜਰਾ ਵੇ ਅੱਖੀਆਂ ਚ ਤੂੰ ਵਸਦਾ ਮਸਾਂ ਮਸਾਂ ਜ਼ਿੰਦਗੀ ਮੈਂ ਪਿਆਰ ਵਿੱਚ ਰੰਗੀ ਵੇ ਮਸਾਂ ਮਸਾਂ ਜ਼ਿੰਦਗੀ ਮੈਂ ਪਿਆਰ ਵਿੱਚ ਰੰਗੀ ਏ ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਤੇਰੇ ਨਾਲ ਮੰਗੀ ਉਹ ਅੱਜ ਖੁਸ਼ੀਆਂ ਉਹ ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ ਗ
ਗਮ ਸਾਥੋਂ ਦੂਰ ਨਸਦਾ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਚਰਾਵੇ ਅੱਖੀਆਂ ਚ ਤੂੰ ਵਸਦਾ ਵੇ ਅੱਖੀਆਂ ਚ ਤੂੰ ਵਸਦਾ ਤੇ ਮੈਂ ਇੱਕ ਅਰਦਾਸ ਕਰਨੀ ਚਾਹੁੰਦੀ ਹਾਂ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ ਇੱਕ ਵਾਰ ਦੇ ਦਿਓ ਵਾਹਿਗੁਰੂ ਜੀ ਮੈਨੂੰ ਇੱਕ ਵਾਰ ਦੇ ਦਿਓ ਅਰਦਾਸ ਕਰਦੇ ਹਾਂ ਸਾਰੀ ਦੁਨੀਆ ਦੀ ਝੋਲੀ ਖੁਸ਼ੀਆਂ ਨਾਲ ਭਰ ਦਿਓ ਭੱਜ ਵਧਾਵਾ ਭੱਜ ਵਧਾਵਾ ਭੱਜਣ ਦੇ ਭੱਜ ਵਧਾਵਾ ਭੱਜਣ ਦੇ ਭੱਜ ਵਧਾਵਾ ਭੱਜਣ ਦੇ ਪਤਾਲ ਜੀ ਦੇ ਭੱਜਣ ਦੇ ਸਰਪਾਲ ਜੀ ਦੇ ਭੱਜਣ ਦੇ ਬੀਬੀਆਂ ਦੇ ਘਰ ਭੱਜਣ ਦੇ ਭੈਣਾਂ ਦੇ ਘਰ ਭੱਜਣ ਦੇ ਭੱਜ ਵਧਾਵਾ ਭੱਜਣ ਦੇ ਭੱਜ ਵਧਾਵਾ ਭੱਜਣ ਦੇ ਭੱਜ ਵਧਾਵਾ ਭੱਜਣ ਦੇ आओ भैनो आओ बीबियो रल मिल खुशी मनाइए निया दिन खुशियां ते ताजे भंगड़े पाइए निया दिन खुशियां ते ताजे गिद्धे पाइए निया दिन खुशियां ते अज मैं 35 अखरां दे पाई कुछ ऐड़ा आलस नींद त्याग ईड़ी इशनान कर प्यारे ससा साथ दंद कर सारी हा हा हाथ विच गुटका लेके कक्का कर ले पाठ तू बह खखा खुशी खुशी पढ़ बाणी गगा ज्ञानवान हो प्राणी गगा घर विच ही ना बह जाई गंगे वांग ना खाली रह जाई चिच्चा चल तू गुरुद्वारे छिछा छड़ दे औगल सारी ਜਿਜਾ ਜਗਤ ਗੁਰੂ ਨੂੰ ਵੇਖ ਝਿਜਾ ਝੁਕ ਕੇ ਮੱਥਾ ਟੇਕ ਨਿੰਜਾ ਨਿਆਣੀ ਨਿਆਣ ਪਿਆਰਾ ਟਹਿਕਾ ਟੁੱਟੀ ਗੰਢਣ ਹਾਰਾ ਠੱਠਾ ਠੋਕਰ ਨਾ ਤੂੰ ਖਾਵੀ ਡੱਡਾ ਡੋਲ ਨਾ ਕਿਧਰੇ ਜਾਵੀ ਡੱਡਾ ਢੱਕੇ ਪਰਦੇ ਤੇਰੇ ਨਾ ਨਾ ਜਾਣੀ ਚਾਰ ਚਫੇਰੇ ਤੱਤਾ ਜਾਗ ਤੂੰ ਮੇਰੀ ਮੇਰੀ ਥੱਤਾ ਥੋੜੀ ਜ਼ਿੰਦਗੀ ਤੇਰੀ ਦੱਦਾ ਦਿਲ ਨਾ ਕਦੇ ਦਿਖਾਵੀ ਦੱਦਾ ਧਿਆਨ ਨਾਮ ਵਿੱਚ ਲਾਵੀ ਨੰਨਾ ਨਿੰਦਿਆ ਚੁਗਲੀ ਛੱਡ ਦੇ ਪੱਪਾ ਪਾਪ ਦਿਲੋਂ ਤੂੰ ਕੱਢ ਦੇ ਫੱਫਾ ਫੇਰ ਨਹੀਂ ਇੱਥੇ ਆਉਣਾ ਬੱਬਾ ਬਾਅਦ ਚ ਪਉ ਪਛਤਾਉਣਾ ਬੱਬਾ ਭਲਾ ਸਰਬੱਤ ਦਾ ਸੋਚੀ ਮੰਮਾ ਮਾੜਾ ਕਦੇ ਨਾ ਸੋਚੀ ਜਈਆ ਯਾਦ ਮੌਤ ਨੂੰ ਰੱਖੀ ਰਾਰਾ ਰੱਬ ਵਸਾ ਲੈ ਅੱਖੀ ਲੱਲਾ ਲੱਗ ਜਾ ਗੁਰਾਂ ਦੇ ਲੜ ਤੂੰ ਵਾਵਾ ਵਿਦਿਆ ਰਜ ਰਜ ਪੜ ਤੂੰ ਰਾਰਾ ਰਾੜ ਨਾ ਰੱਖੀ ਕੋਈ ਸਭ ਦੇ ਅੰਦਰ ਮਾਲਕ ਸੋਈ ਮਾਂ ਬੋਲੀ ਜੋ ਭੁੱਲ ਜਾਣਗੇ ਅੱਖਾਂ ਵਾਂਗੂ ਰੁੱਲ ਜਾਣਗੇ ਅੱਜ ਦੇ ਵੂਮੈਨ ਦਿਵਸ ਦੇ ਉੱਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਵਧਾਈਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ ਸੋ 500 ਸਾਲ ਪਹਿਲਾਂ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮਾਣ ਦਿੱਤਾ ਸੀ ਜੇਕਰ ਉਹ ਗਾਹਾਂ ਦੀ ਗਾਹਾਂ ਉਸੇ ਤਰ੍ਹਾਂ ਸਾਡਾ ਮਾਨ ਸਤਿਕਾਰ ਬਣਿਆ ਰਹਿੰਦਾ ਤਾਂ ਅੱਜ ਜੋ ਦੁਨੀਆ ਦੇ ਵਿੱਚ ਹੋ ਰਿਹਾ ਰੇਪ ਸਿਸਟਮ ਤਾਂ ਉਹਦੇ ਵਿੱਚ ਘਟਾ ਆਉਣਾ ਚਾਹੀਦਾ ਸੀ ਪਰ ਸਾਨੂੰ ਸਨਮਾਨ ਜਿੰਨਾ ਮਰਜ਼ੀ ਮਿਲੀ ਜਾਵੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਵਾਪਰਦੀਆਂ ਹੀ ਜਾਂਦੀਆਂ ਇਹਦੇ ਵਿੱਚ ਕੋਈ ਘਟਾ ਨਹੀਂ ਹੁੰਦਾ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਅਮਰਤਾ ਪ੍ਰੀਤਮ ਨੇ ਕੁਝ 17 ਲਿਖੀਆਂ ਸੀ ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਬੋਲੂੰਗੀ ਅੱਜ ਆਖਾਂ ਵਾਰਿਸ਼ ਸ਼ਾਨੂੰ ਕਿਤੋਂ ਕਬਰਾਂ ਵਿੱਚੋਂ ਬੋਲੇ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਹੋਏ ਇੱਕ ਰੋਈ ਸੀ ਤੀ ਪੰਜਾਬ ਦੀ ਤੂੰ
आज लखा तिया रोंदिया तेनु बारिश शानू कहे दे दर्द मंदा दिया दर दिया उठता के अपना पंजाब आज बेले लाशा बिछिया तेल हुदी परी जनाब आज समा थोड़ा फिर पूरी साल।